ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਪੰਗੂ ਬਲੌਗ ਦੇ ਵਿੱਚ। ਟਾਈਮ ਹੋ ਗਿਆ 12 ਵੱਜ ਗਏ ਅਤੇ ਲਖਨਪੁਰ 2 ਕਿਲੋਮੀਟਰ, ਪਠਾਨਕੋਟ 18, ਜਲੰਧਰ 131, ਦਿੱਲੀ 481, ਬਸੋਲੀ 74 ਠੀਕ ਹੈ, ਬਿਲਾਵਰ ਥੱਲੇ ਬਿਲਾਵਰ ਉੱਪਰ ਬਿਲਾਵਰ 72 ਕਿਲੋਮੀਟਰ ਅਤੇ ਜੱਸੀ ਹੁਣ ਆ ਗਏ, ਜੱਸੀ ਦੇ ਮਿੰਟੂ ਆ ਗਏ ਆ ਅਤੇ ਹੁਣ ਇੱਧਰ ਚੱਲੇ ਆ। ਇਹ ਨਾਲ ਨਹਿਰ ਚੱਲਦੀ ਪਈ ਆ ਅਤੇ ਨਹਾਉਣੇ ਦਾ ਜਗਾੜ ਦੇਖਦੇ ਫਿਰਦੇ ਆ। ਹੈਂ 2008 'ਚ ਰਾਤ ਮਿੰਟੋ ਅਸੀਂ ਲੰਘ ਕੇ ਆਏ, ਕਾਨਵਾਈ ਲੱਗ ਗਈ, ਕਾਨਵਾਈ ਰੋਕਣ ਲੱਗ ਗਏ। ਹਾਂ ਉਰੇ ਉੱਪਰ ਆ ਘਮੇਰੀ ਚ ਫਸ ਗਿਆ ਹੋਣਾ ਨਾ, ਬਈ ਗਰਮੀ ਬਹੁਤ ਹੋ ਰਹੀ ਹੈ। ਲਓ ਵੀ 1:23 ਹੋ ਗਿਆ ਤੇ ਬੰਦੇ ਆਪਦੇ ਪੂਰੀ ਫੀਲਿੰਗਾਂ ਲੈ ਰਹੇ ਆ। ਹੈ ਓਏ ਆ ਰਿਹਾ ਨਜ਼ਾਰਾ, ਅਜੀ ਬੈਲਟ ਪਾਈ ਵੀ ਹੈ। ਹਾਂ ਕੈਮਰਾਮੈਨ ਨਹਾ ਲਿਆ ਬਾਈ, ਦੇਖ ਲੋ ਸਾਨੂੰ ਤੇਰਾ ਗਾਣਾ ਸੁਣ ਕੇ ਡਰ ਹੋਇਆ ਵਾ, ਅਸੀਂ ਤੈਨੂੰ ਨੀ ਉੱਧਰ ਜਾਣ ਦੇ ਰਹੇ। ਬੈਲਟ ਵੀ ਦੇਖਣੀ ਪੈਂਦੀ ਹੈ ਵੀ ਰਗੜ ਰਗੜ ਕੇ ਤਾਂ ਨਹੀਂ ਵੱਢੀ ਗਈ, ਇਹਦੇ ਫਿਲਮਾਂ ਵਾਲਾ ਕੰਮ ਜਿਵੇਂ ਤਾਂ ਕਹਿੰਦੇ ਨੀ ਵੱਢੀ ਜਾਂਦੀ ਹੈ। ਉੱਬਰ ਸਵਾਦ ਲੈ ਰਿਹਾ ਜ਼ਿੰਦਗੀ ਦੇ। 1 ਮਿੰਟ ਢਿੱਲੀ ਕਰੀਆਂ ਬੈਲਟ, ਠੀਕ ਹੈ ਬੈਲਟ ਨਹੀਂ ਉਹਦੇ ਪਰ ਧਾਗਾ ਦੇਖ। ਲੈ ਉਹਦੀ ਜਲਪਰੀ ਬਣ ਰਿਹਾ, ਹੈਂ ਇਹਦਾ ਜਲਪਰਾ ਪਾਪਾ ਕਾ ਮਗਰ ਮੱਛ। ਹੈਂ ਓਏ ਪਾਪਾ ਕਾ ਮਗਰ ਮੱਛ ਕਾ ਪਾਪਾ ਕਾ ਪਰਾ ਇਹਦਾ ਉਹ ਆ ਬੇਲ ਮੱਛੀ। ਲਓ ਜੀ ਮਿੱਤਰੋ, ਟਾਈਮ ਹੋ ਗਿਆ 3:12,
ਤੇ ਉੱਥੇ ਗੱਡੀ ਖੜੀ ਸੀ ਆਪਣੀ, ਚਲੇ ਗਏ ਉਹ ਦੋਏ ਜੱਸੀ ਅਤੇ ਉਹ ਸੋਨੂੰ, ਅਤੇ ਆਪਾਂ ਇੱਥੋਂ ਸ਼ਾਮ ਜਿਹੇ ਨੂੰ ਚੱਲਾਂਗੇ ਕਿਉਂਕਿ ਨੋ ਐਂਟਰੀ ਦਾ ਮਾਲ ਆ ਅਤੇ ਦਿਨ 'ਚ ਟ੍ਰੈਫਿਕ ਬੜੀ ਹੁੰਦੀ ਹੈ ਇੱਕ ਦੂਜੀ ਗੱਲ ਆ। ਉਹ ਆਪਣਾ ਕੀ ਕਹਿਣ ਲੱਗਿਆ ਤਾਂ ਮੈਂ, ਟ੍ਰੈਫਿਕ ਵਾਲੇ ਵੀ ਖੜ੍ਹੇ ਹੁੰਦੇ ਆ, ਟ੍ਰੈਫਿਕ ਵੀ ਬੜੀ ਹੁੰਦੀ ਹੈ, ਟ੍ਰੈਫਿਕ ਵਾਲੇ ਵੀ ਖੜ੍ਹੇ ਹੁੰਦੇ ਆ, ਫਿਰ ਉਹਨਾਂ ਨੇ ਪੈਸੇ ਮੰਗਣੇ ਆ। ਅਤੇ ਗੱਲ ਕਰ ਰਹੇ ਸੀ ਵੀ ਟ੍ਰੈਫਿਕ ਵਾਲੇ ਖੜ੍ਹੇ ਹੁੰਦੇ ਆ, ਫਿਰ ਉਹ ਕਹਿੰਦੇ ਨਾ ਵਰਦੀ ਲਿਆਓ ਜੀ, ਇਹ ਕਰੋ ਉਹ ਕਰੋ, ਵਰਦੀ ਫਿਰ ਕਹਿੰਦੇ ਬੂਟ, ਬਸ ਪੈਸੇ ਮਤਲਬ ਪੈਸੇ ਝਾੜਨੇ ਉਹਨਾਂ ਨੇ ਕੁਛ ਵੀ ਬਣਾ ਦੇਣਾ ਬਸ, ਹੈ ਨਾ। ਅਤੇ ਇਸ ਕਰਕੇ ਸ਼ਾਮ ਨੂੰ ਚੱਲਾਂਗੇ, ਹੁਣ ਇੱਧਰ ਉਹਨਾਂ ਨੂੰ ਕੋਈ ਡਰ ਨਹੀਂ, ਆਪਣਾ ਗੱਡੀ ਗੁੱਡੀ ਧੋਆ ਲੈਣਗੇ, ਗਰੀਸ ਕਰਾ ਲੈਣਗੇ, ਹੈ ਨਾ। ਗੱਡੀ ਬਹੁਤ ਗੰਦੀ ਹੋਈ ਵੀ ਆ ਮੀਂਹ ਕਰਕੇ, ਅਤੇ ਬਾਕੀ ਆਪਣਾ ਵੀ ਕੂਲਰ ਦਾ ਸਿਸਟਮ ਜਿਹਾ ਠੀਕ ਨਹੀਂ ਬੈਠ ਰਿਹਾ, ਹਿੱਲਦਾ ਪਿਆ, ਇਹਨੂੰ ਡਾਇਰੈਕਟ ਕਰ ਦੇਣਾ ਹੋਰ ਪੱਖਾ ਚਲਾ ਲੈਂਦੇ ਆ। ਤੇ ਲਓ ਬਈ ਕੂਲਰ ਕਰਦੇ ਪਏ ਸੀਗੇ ਠੀਕ ਆ, ਤੇ ਬਾਈ ਆਇਆ ਕੀ ਨਾ ਬਾਈ? ਮੇਰਾ ਨਾਮ ਮਨਜਿੰਦਰ, ਮਨਜਿੰਦਰ ਅੰਮ੍ਰਿਤਸਰ ਸਾਹਿਬ, ਅੰਮ੍ਰਿਤਸਰ ਸਾਹਿਬ ਤੋਂ। ਤੇ ਬਾਈ ਲੈ ਕੇ ਚੱਲਿਆ 12 ਚ ਕੀ ਗੱਡੀ ਲੰਗਰ ਦੇ, ਕਿੰਨੇ ਦਿਨ ਖੜਨੀ ਉੱਥੇ? ਅੱਛਾ ਛੱਡ ਕੇ ਵਾਪਸ ਆ ਜਾਣਾ, ਠੀਕ ਆ। ਤੇ ਬਾਈ ਨਾਲ ਕਰਦੇ ਹੁਣ ਗੱਲਾਂ ਬਾਤਾਂ, ਤੇ ਬਾਈ ਕਹਿੰਦਾ ਤੁਹਾਡੇ ਵਾਲੀ ਗੱਡੀ ਤੁਹਾਨੂੰ ਲੈ ਕੇ ਜਾ, ਮੈਂ ਕਿਹਾ ਹੁਣੇ ਗਿਆ ਉਹ, ਆਪਾਂ ਹੋ ਗਏ ਇੱਧਰ ਸ਼ਿਫਟ। ਮੈਂ ਕਿਹਾ ਮੈਂ ਬਾਈ ਭੰਗੂ ਬਾਈ ਕਹਿ ਕੇ ਆਵਾਜ਼ ਮਾਰੀ, ਅਗਲੇ ਬੰਨੇ ਉਹਨੇ ਵੇਖਿਆ ਹੀ ਨਹੀਂ ਸੋਨੂੰ ਸੀਗਾ। ਅੱਛਾ ਮੈਂ ਬਾਈ ਹੈ ਵੀਰ ਹੈ ਨਹੀਂ ਨਾਲ, ਮੈਂ ਜੇ ਹੁੰਦਾ ਉਹਨੇ ਆਵਾਜ਼ ਦੇਣੀ ਹਾਂ। ਉਹ ਉੱਧਰ ਚਲੇ ਗਿਆ, ਜੱਸੀ ਸੀਗਾ ਉਹਦੇ ਨਾਲ। ਮੈਂ ਕਿਹਾ ਚੱਲ ਤੂੰ ਇਹਨੂੰ ਇੱਧਰ ਨੂੰ ਲੈ ਜਾ ਘਰ ਨੂੰ, ਦੁਬਾਰਾ ਅਸੀਂ ਆ ਜਾਂਦੇ ਹਾਂ ਖਾਲੀ ਕਰਕੇ। ਅਤੇ ਚਲੋ ਕਰਦੇ ਹਾਂ ਅਸੀਂ ਗੱਲਾਂ ਬਾਤਾਂ, ਅਤੇ ਫੋਨ ਇੱਧਰ ਕਨੈਕਟ ਕੀਤਾ ਵਾ ਸੀਗਾ। ਹਾਂ ਬਣਿਆ ਤੇਰਾ ਕੰਮ ਨਹੀਂ? ਹਾਂ ਨਵੇਂ ਮਿੱਤਰੋ ਟਾਈਮ ਹੋ ਗਿਆ, 8:30 ਹੋਣੇ ਵਾਲੇ ਆ, ਤੇ ਚੱਲੀਏ ਬਾਈ ਹੁਣ, ਚਲਾਏਗਾ ਹੁਣ ਰੋਟੀ ਖਾ ਕੇ ਜਾਵਾਂਗੇ ਨਾ, ਇੰਨਾ ਟਾਈਮ ਹੋ ਜਾਏਗਾ। ਕਿੱਥੇ ਦੇਖ ਲਾਂਗੇ? ਜੰਮੂ ਅੱਗੇ 100 ਕਿਲੋਮੀਟਰ, 70-80 ਕਿਲੋਮੀਟਰ, 95 ਕਿਲੋਮੀਟਰ। ਬਾਈ ਮਿੱਤਰੋ ਗੁਪਤਾ ਸ਼ੁੱਧ ਵੈਸ਼ਨੂੰ ਢਾਬਾ, ਇੱਥੇ ਰੋਟੀ ਖਾ ਲਈਏ, ਅਤੇ ਰੋਟੀ ਖਾ ਕੇ ਫਿਰ ਚੱਲਦੇ ਹਾਂ। ਲੋਕੇਸ਼ਨ ਆਪਾਂ ਨੇ ਸਮਝ ਲਈ ਕਿੱਥੇ ਜਾਣਾ, ਆ 23 ਦੀ ਰਾਜਸਥਾਨ 'ਚੋਂ ਕੀ ਵਾਲੀ ਆ ਬਾਈ। ਮੈਂ ਕਿਹਾ ਚੱਲ ਅੰਬਾਲੇ ਤੱਕ ਪਹੁੰਚ ਜਾਵਾਂਗੇ। ਹਾਂ ਜੀ ਬਟੂਆ ਚੱਕ ਲੈਂਦੇ ਹਾਂ, ਐਡਰੈਸ ਕੀ ਲਿਖਣਾ ਦੇਖ ਲੈਂਦੇ ਹਾਂ ਚੱਲ। ਨਾ ਵੀ ਮਿੱਤਰੋ
ਦੂਜਾ ਦਿਨ ਅੱਜ ਤੇ ਗੱਡੀ ਆਪਣੀ ਹੋ ਰਹੀ ਆ ਖਾਲੀ ਆ ਗਲੀ ਚ। ਇਧਰੋਂ ਆਏ ਸੀਗੇ ਰਾਤ ਆਪਾਂ 56 ਨੰਬਰ ਪਿੱਲਰ ਦੇ ਤੇ ਸ਼ੀਸ਼ਾ ਦੇਖ ਲਓ ਅਸੀਂ ਦੇਖ ਲਿਆ ਪਰਨਾ ਪਰਨਾ ਏਦਾਂ ਹੀ ਬੰਨਿਆ ਹੋਇਆ ਸੀਗਾ ਏਡਾ ਵਿੰਗਾ ਜਾ। ਹੈਲੋ ਗਾਇਸ, ਗਾਇਸ ਵੀਰੇ ਕੀ ਹਾਲ ਆ? ਹੈਲੋ ਹੈਲੋ ਬਾਏ ਬਾਏ। ਤੇ ਗੱਡੀ ਆਪਣੀ ਅੰਦਰ ਮੁੜ ਕੇ ਖਾਲੀ ਹੋ ਰਹੀ ਹੈ। ਇੱਧਰ ਲੇਬਰ ਵਾਲੇ ਚਾਰ ਬੰਦੇ ਹੈ, ਦੋ ਲੱਗੇ ਵੇ ਆ ਤਾਰਨ ਤੇ ਇੱਕ ਉੱਪਰੋਂ ਫੜਾਉਣ ਲੱਗਾ ਵਾ ਬਾਡੀ ਜੋ, ਇੱਕ ਲੱਗਿਆ ਵਾ ਸੈੱਟ ਕਰਨ। ਆਸ਼ੀਰਵਾਦ ਆਟੇ ਦਾ ਗੋਦਾਮ ਆਹ, ਤੇ ਇੱਧਰ ਸਾਰੇ ਪਿੱਛੇ ਦਾਰੂ ਵਾਲੇ ਗੋਦਾਮ ਆ। ਗੱਡੀ ਦਿਖਾਉਂਦੇ ਹਾਂ ਤੁਹਾਨੂੰ ਵੀ, ਆਹ ਹੋ ਰਹੀ ਆ ਆਪਣੀ ਗੱਡੀ ਅਨਲੋਡ ਇੱਥੇ। ਤੇ ਰੰਗ ਲਾਲ ਅੜਿਆ ਪਿਆ ਇੱਧਰ ਕੱਚ ਦੇ ਗਲਾਸ ਵਿੱਚ, ਕਹਿੰਦਾ ਪਾਈਆਂ ਗੀਟੀਆਂ ਬਾਬਾ ਖੇਡੇ ਨਾਲੇ ਮਾਰੇ ਸੀਟੀਆਂ, ਨਾਲੇ ਬਾਬਾ ਖੇਡੇ ਨਾਲੇ ਮਾਰੇ ਸੀਟੀਆਂ। ਹਾਏ ਹਾਏ, ਦਿਖਾਈਏ ਤੁਹਾਨੂੰ ਅੰਦਰੋਂ ਕਿੰਨੀ ਕੁ ਰਹਿਗੀ ਗੱਡੀ। ਇਹ ਆ ਖਾਲੀ ਹੁੰਦੀ ਪਈ ਹੈ, ਆ ਰਹਿਗੀ ਗੱਡੀ ਆਪਣੀ। ਅਤੇ ਆ ਦੂਰੋਂ ਦੇਖਣੇ ਨੂੰ ਲੱਗਦਾ ਵੀ ਲੱਕੜ ਦੀਆਂ ਪੇਟੀਆਂ ਹੈ ਬਾਈ, ਗੱਤੇ ਵਾਲੀ ਆਈਆਂ ਹਾਂ ਐਂ ਲੱਗਦਾ ਜਿਹਨੂੰ ਪੇਚ ਲਾਏ ਵੇ ਉੱਪਰ। ਇਹ ਵੀਰਾਂ ਇਹਨਾਂ 'ਚ ਇਹ ਵਾਲੀਆਂ ਆਪਣੇ ਵਾਲੀ ਗੱਡੀ 'ਚ ਮਿੰਟੂ ਇੱਧਰ ਲਗਾ ਵਾ ਦੇਖਣ ਕੀ ਦੇਖਦਾ ਪਿਆ। ਚਲੋ ਇਹਦਾ ਬਲੌਗ ਸ਼ੂਟ ਹੋ ਰਿਹਾ, ਤੇ ਇੱਧਰ ਲੱਗਾ ਵਾ ਬਾਈ ਉਹ ਕਰਨ ਜਿਹੜਾ ਇਹ ਬੈਚ ਆ, ਪੇਟੀ ਪੁੱਟੀ ਪੁੱਟੀ ਹੋਣੀ ਕੋਈ ਉਹਦੇ ਸਾਰੀ ਵੀਰਾਂ ਦੇ ਨਾਲ ਲਾ ਗਿਆ। ਅਤੇ ਇੱਧਰ ਲੱਗਦਾ ਪਿਆ ਮਾਲ ਆਪਣਾ ਸਾਰਾ, ਅਤੇ ਬਹੂਆਂ ਦਾ ਮਾਲ ਆ ਤੁਹਾਡਾ ਆਹ ਮਾਲ ਆ। ਠੀਕ ਮਿੱਤਰੋ, ਟਾਈਮ ਹੋ ਗਿਆ 10:30 ਅਤੇ ਗੱਡੀ ਖਾਲੀ ਹੋ ਗਈ ਸੀਗੀ ਆਪਣੀ। ਅਤੇ ਹੁਣ ਅੱਜ ਕਰਦੇ ਹਾਂ ਬਲੌਗ ਦਾ ਐਂਡ, ਅਤੇ ਕਿੱਥੇ ਭਰਨ ਚੱਲੇ ਹਾਂ ਕੀ ਭਰਨ ਚੱਲੇ ਹਾਂ ਇਹ ਦੱਸਾਂਗੇ ਤੁਹਾਨੂੰ ਅਗਲੇ ਬਲੌਗ 'ਚ। ਅਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ, ਤਾਂ ਕਿ ਨੋਟੀਫਿਕੇਸ਼ਨ ਪਹੁੰਚੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ। ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਅਗਲੇ ਬਲੌਗ 'ਚ, ਜਦ ਤੱਕ ਰੱਬ ਰਾਖਾ।